ਆਓ ਸਤਸੰਗੀ ਜਨੋ ਮਨ ਬ੍ਰਿਤੀਆਂ ਨੂੰ ਇਕਾਗਰਤਾ ਵਿੱਚ ਲਿਆਉਂਦੇ ਹੋਏ ਇੱਕ ਵਾਰੀ ਪਿਆਰ ਨਾਲ ਉਚਾਰਨ ਕਰੋ ਸਾਰੇ ਆਖੋ ਜੀ ਸਤਨਾਮ ਵਾਹਿਗੁਰੂ ਜਿਵੇਂ ਕਿ ਅਸੀਂ ਕੱਲ੍ਹ ਵਾਲੇ ਸ਼ਲੋਕ ਦੀ ਵਿਚਾਰ ਸਰਮਨ ਕੀਤੀ ਸੀ ਜਿਸ ਰਾਹੀਂ ਸਤਗੁਰ ਜੀ ਨੇ ਮਨਮੁਖ ਲੋਕਾਂ ਦਾ ਜੀਵਨ ਸਾਡੇ ਸਾਹਮਣੇ ਰੱਖਿਆ ਸੀ ਅੱਜ ਵੀ ਇਸ ਪਾਵਨ ਪਵਿੱਤਰ ਸ਼ਲੋਕ ਅੰਦਰ ਗੁਰੂ ਰਾਮਦਾਸ ਪਿਤਾ ਜੀ ਉਹਨਾਂ ਮਨੁੱਖਾਂ ਦਾ ਕੀ ਜ਼ਿਕਰ ਕਰਦੇ ਪਏ ਨੇ ਜਿਨ੍ਹਾਂ ਦਾ ਪਿਆਰ ਪਰਮਾਤਮਾ ਨੂੰ ਛੱਡ ਕੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਨਾਲ ਪੈ ਗਿਆ ਹੈ ਦੂਜਾ ਭਾਉ ਦਾ ਅਰਥ ਹੀ ਇਹ ਹੈ ਭਾਉ ਭੱਬੇ ਨੂੰ ਜਦੋਂ ਕੰਨਾਂ ਲੱਗਾ ਕੋਵੇ ਊੜੇ ਨੂੰ ਔਂਕੜ ਆ ਜਾਏ ਭਾਉ ਇਹਦਾ ਅਰਥ ਬਣ ਜਾਂਦਾ ਹੈ ਪ੍ਰੀਤ ਪਿਆਰ ਪ੍ਰੇਮ ਭੱਬੇ ਦੇ ਵਿੱਚੋਂ ਕੰਨਾਂ ਕੱਢ ਦਿਓ ਨਾਲ ਜਿਹੜਾ ਲੱਗਾ ਹੈ ਭਾਉ ਤੇ ਇਹਦਾ ਅਰਥ ਬਣ ਜਾਂਦਾ ਹੈ ਫਿਰ ਡਰ ਗੁਰਬਾਣੀ ਅੰਦਰ ਇਹ ਦੋਨੋਂ ਸ਼ਬਦ ਬਹੁਤ ਵਾਰੀ ਆਏ ਨੇ ਤੇ ਯਾਦ ਰੱਖਣਾ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਜੇ ਅਸੀਂ ਪ੍ਰੀਤ ਪਾਉਣੀ ਚਾਹੁੰਦੇ ਹਾਂ ਤੇ ਜਿੰਨਾ ਚਿਰ ਅਸੀਂ ਗੁਰੂ ਕੀ ਸੰਗਤ ਵਿੱਚ ਜਿੱਥੇ ਤੁਸੀਂ ਇਸ ਵੇਲੇ ਸਾਰੇ ਜੁੜ ਬੈਠੇ ਹੋ ਜਿਤਨੀ ਦੇਰ ਇੱਥੇ ਨਹੀਂ ਆਉਂਦੇ ਓਨੀ ਦੇਰ ਤੱਕ ਪਿਆਰ ਪੈਦਾ ਨਹੀਂ ਹੋ ਸਕਦਾ ਇਹ ਮੈਂ ਨਹੀਂ ਕਹਿ ਰਿਹਾ ਗੁਰਬਾਣੀ ਦਾ ਫੁਰਮਾਨ ਹੈ ਭਗਤ ਰਵਦਾਸ ਜੀ ਦੇ ਬਚਨ ਨੇ ਸਾਧ ਸੰਗਤ ਬਿਨ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਸਾਧ ਸੰਗਤ ਤੋਂ ਬਿਨਾ ਕਦੀ ਵੀ ਗੁਰੂ ਪ੍ਰਤੀ ਪ੍ਰਮਾਤਮਾ ਪ੍ਰਤੀ ਚੰਗੇ ਗੁਣਾ ਪਤੀ ਪ੍ਰਤੀ ਪਰ ਉਪਕਾਰ ਪ੍ਰਤੀ ਸਾਡੇ ਮਨਾਂ ਦੇ ਅੰਦਰ ਇਹ ਪਿਆਰ ਜਿਹੜਾ ਹੈ ਇਹ ਪੈਦਾ ਹੋ ਹੀ ਨਹੀਂ ਸਕਦਾ ਤੇ ਜਿੰਨਾ ਚਿਰ ਪਿਆਰ ਨਹੀਂ ਉਹਨਾਂ ਚਿਰ ਭਗਤੀ ਨਹੀਂ ਹੋ ਸਕਦੀ ਚੇਤੇ ਰੱਖਣਾ ਪ੍ਰੇਮਾ ਭਗਤੀ ਜਿੰਨੂੰ ਆਪਾਂ ਕਹਿੰਦੇ ਹਾਂ ਸੋ ਆਪਾਂ ਸਵੇਰੇ ਨਿਤਨੇ ਬਾਣੀ ਪੜ੍ਹਦੇ ਹਾਂ ਨਾ ਸਾਚ ਕਹੋ ਸੁਣ ਲੈੋ ਸਭੈ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਉਸ ਪਿਆਰੇ ਦੇ ਨਾਲ ਪ੍ਰੇਮ ਕੀਤਾ ਭਾਈ ਸਾਹਿਬ ਪਾਇ ਗੁਰਦਾਸ ਸਿੰਘ ਨੇ ਇੱਕ ਆਪਣੀ ਵਾਰ ਦੀ ਪੌੜੀ ਦੇ ਅੰਦਰ ਉਸ ਗੋਬਿੰਦ ਪਰਮਾਤਮਾ ਦੀ ਭੁੱਖ ਦਾ ਜ਼ਿਕਰ ਕੀਤਾ ਕਮਾਲ ਹੈ ਜਿਹੜਾ ਸਾਡੀਆਂ ਭੁੱਖਾਂ ਮਟਾਉਂਦਾ ਹੈ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਮਾਈਆਂ ਉਹਨੂੰ ਕਿਹੜੀ ਭੁੱਖ ਲੱਗੀ ਹੋਈ ਹੈ ਸਾਰੀਆਂ ਭੁੱਖਾਂ ਤੇ ਸਾਡੀਆਂ ਮਟਾਨ ਵਾਲਾ ਉਹੀ ਹੈ ਨਾ ਹਾਂ ਉਹਨੂੰ ਵੀ ਇੱਕ ਭੁੱਖ ਹੈ ਉਹ ਕਹੇ गोविंद ਪਾਉ ਭਗਤ ਦਾ ਭੁੱਖਾ ਜਿਹੜਾ गोविंद ਹੈ ਨਾ ਉਹ ਪ੍ਰਮਾਤਮਾ ਜਿਹੜਾ ਕਹੇ ਪ੍ਰੇਮ ਭਗਤੀ ਸਤਜਾਨਾ ਜੇ ਅਸੀਂ ਵਖਾਵੇ ਦੇ ਤੌਰ ਤੇ ਉਪਰੋਂ ਉਪਰੋਂ ਸਾਰਾ ਕੁਝ ਕਰਦੇ ਹਾਂ ਸਤਗੁਰਾਂ ਦੇ ਪਾਵਨ ਬਚਨ ਆਉਂਦੇ ਨੇ ਨਾ ਹਾਂ ਕਈ ਵਾਰੀ ਉੱਪਰੋਂ ਕਰਦੇ ਆ ਕਰਦੇ ਆ ਸੱਚ ਮੁੱਚ ਹੀ ਅੰਦਰੋਂ ਪ੍ਰੀਤ ਪੈਦਾ ਹੋ ਜਾਂਦੀ ਹੈ ਜੀਵਨ ਸਫਲ ਹੋ ਜਾਂਦਾ ਹੈ ਪਰ ਇਹ ਨਾਨਕ ਹੋਵੇ ساری ਉਮਰ ਹੀ ਵਖਾਵਾਈ ਕਰਦੇ ਰਹਿ ਜਾਈਏ ਬੱਦਾ ਚੱਟੀ ਜੋ ਪਰ ਇਹ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜਸਾਰ ساری ਉਮਰ ਤੇ ਬੱਦਾ ਚੱਟੀ ਨਹੀਂ ਨਾ ਰਹਿਣੀ ਚਾਹੀਦੀ ਇਨਨ ਘੋਵੇ ਕਿਤੇ ਅਸੀਂ ਸਾਰੀ ਉਮਰ ਬਖਾਵੇ ਵਾਲੇ ਕਰਮ ਉਪਰੋਂ ਕਰੀਏ ਬਖਾਵਾ ਗੁਰੂ ਨਾਲ ਪਿਆਰ ਹੈ ਪ੍ਰਮਾਤਮਾ ਨਾਲ ਪਿਆਰ ਹੈ ਅੰਦਰੋਂ ਕਿਸੇ ਹੋਰ ਨਾਲ ਹੋਵੇ ਅੱਜ ਦਾ ਜਿਹੜਾ ਮੁਖਵਾਕ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਨਾ ਸਤਿਗੁਰਾਂ ਨੇ ਅਸ਼ਟ ਪਦੀਏ ਗੁਰੂ ਅਰਜੁਨ ਦੇ ਪਿਤਾ ਜੀ ਦੀ ਅੱਠ ਪਦੇ ਨੇ ਦੋ ਉਹਦੇ ਵਿੱਚ ਰਹਾਉ ਵਾਲੇ ਪਦੇ ਨੇ ਸਤਿਗੁਰਾਂ ਨੇ ਉਨ ਕੰਮ ਕਾਂਡਾਂ ਦਾ ਜ਼ਿਕਰ ਕੀਤਾ ਜਿਹੜੇ ਅਨਮਤ ਵਾਲੇ ਲੋਕ ਜਿਹੜੇ ਕਰਦੇ ਨੇ ਤੇ ਜੇ ਆਪਣੀ ਉਹਨਾਂ ਦੀ ਰੀਸੇ ਉਹ ਹੀ ਕੁਝ ਕਰਨ ਲੱਗ ਪਏ ਅਸਲ ਜੋ ਗੁਰਮਤ ਦਾ ਸੰਦੇਸ਼ ਹੈ ਉਹਨੂੰ ਹਿਰਦੇ ਵਿੱਚ ਨਾਮ ਵਸਾਇਆ ਤੇ ਫੇਰ ਦੱਸੋ ਸਾਡਾ ਜੀਵਨ ਕਿਵੇਂ ਸਮਰ ਸਕਦਾ ਖੇ ਉਹ ਬੜੀ ਲੰਮੀ ਲਿਸਟ ਦਿੱਤੀ ਹੈ ਕਰਮ ਕਾਂਡਾਂ ਦੀ ਸ਼ੁਰੂਆਤ ਪਾਠ ਪੜਿਓ ਅਰ ਬੇਦ ਵਿਚਾਰਿਓ ਤੋਂ ਕੀਤੀ ਗੁਰਦੇ ਪਿਤਾ ਜੀ ਨੇ ਹੁਣ ਕੀ ਪਾਠ ਨਹੀਂ ਪੜ੍ਹਨਾ ਚਾਹੀਦਾ ਜੇ ਕੋਈ ਆਕੇ ਵੇਖੋ ਜੀ ਗੁਰਬਾਣੀ ਤੇ ਕਹਿੰਦੀ ਹੈ ਵੇਖੋ ਪਾਠ ਪੜ੍ਹਨ ਦਾ ਕੋਈ ਫਾਇਦਾ ਹੀ ਕੋਈ ਨਹੀਂ ਪਾਠ ਪੜ੍ਹਨਾ ਚਾਹੀਦਾ ਹੈ ਪਹਿਲੇ ਨੰਬਰ ਤੇ ਤੇ ਪਾਠ ਪੜ੍ਹਨਾ ਪਵੇਗਾ ਗੁਰਬਾਣੀ ਸਾਨੂੰ ਪੜ੍ਹਨੀ ਪਵੇਗੀ ਸਮਝ ਪਹਿਲਾਂ ਭਾਵੇਂ ਨਾਮ ਹੀ ਆਵੇ ਤਾਂ ਵੀ ਪੜ੍ਹਨੀ ਚਾਹੀਦੀ ਏ ਤੇ ਪੜ੍ਹਨੀ ਪਵੇਗੀ ਵੀ ਜਦੋਂ ਪੜਾਂਗੇ ਫਿਰ ਗੁਰਬਾਣੀ ਦੇ ਅਰਥ ਭਾਵ ਬਾਰੇ ਸਾਡੇ ਮਨ ਅੰਦਰ ਜਗਿਆਸਾ ਪੈਦਾ ਹੋਵੇਗੀ ਕਿਸੇ ਕੋਲ ਜੇ ਆਪ ਨੂੰ ਨਹੀਂ ਪਤਾ ਤੇ ਕਿਸੇ ਗੁਰੂ ਪਿਆਰੇ ਕੋਲ ਜਾ ਕੇ ਪੁੱਛਣ ਦਾ ਯਤਨ ਕਰਾਂਗੇ ਭਾਈ ਸਾਹਿਬ ਜੇ ਤੁਹਾਨੂੰ ਪਤਾ ਹੈ ਮੈਂ ਅਜ ਗੁਰਬਾਣੀ ਪੜੀ ਉਹਦੇ ਅਰਥਾ ਤੋਂ ਮੈਨੂੰ ਜਾਣੂ ਕਰਵਾ ਦਿਓ ਪੜਨਾ ਤੇ ਹੈ ਪਰ ਜੇ ਸਾਰੀ ਉਮਰ ਪੜਦਾ ਹੀ ਰਿਆ ਵੇਦਾਂ ਦੀ ਵਿਚਾਰ ਹੀ ਕਰਦਾ ਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਨੇ ਨਾਹੀ ਫਿਰੇ ਜੋ ਬੇਤਾਲਿਆ ਵਾਲੀ ਅਵਸਥਾ ਧਾਰਨ ਕਰ ਲਈ ਫਿਰ ਵਿਚਾਰਨ ਦਾ ਤੇ ਪੜਨ ਦਾ ਲਾਭ ਕੀ ਹੋਇਆ ਸਾਰਾ ਕੁਝ ਧਰਮ ਦੇ ਨਾਂ ਦੇ ਉੱਤੇ ਜੋ ਆਪਾਂ ਕਰਮ ਕਰਦੇ ਆ ਨਾ ਇਹ ਪੰਜ ਜਨਾਂ ਸਿਓ ਸੰਗ ਨਾ ਛੁੱਟਕਿਓ ਜੇ ਇਹਨਾਂ ਨਾਲੋਂ ਸਾਡਾ ਸੰਗ ਨਾ ਅਸੀਂ ਛੱਡ ਸਕੇ ਭਾਵ ਇਹਨਾਂ ਨੂੰ ਆਪਣੇ ਵਸ ਵਿੱਚ ਨਾ ਕਰ ਸਕੇ ਸਾਰੀ ਉਮਰ ਇਹਨਾਂ ਦੇ ਅਧੀਨ ਹੋ ਕੇ ਗੁਜ਼ਾਰੀ ਤੇ ਫਿਰ ਪਾਠ ਪੜ੍ਹਿਆ ਵੇਦਾਂ ਦੇ ਵਿਚਾਰ ਕੀਤੇ ਕਿਸੇ ਧਰਮ ਗ੍ਰੰਥ ਨੂੰ ਰੱਟੇ ਵੀ ਲਾ ਲੇ ਬਹੁਤ ਕੁਝ ਯਾਦ ਕਰ ਲਿਆ ਫਿਰ ਤੇ ਅਧਿਕ ਅਹੰਗ ਬੁੱਧ ਬਾਧੇ ਵਾਲੀ ਗੱਲ ਹੋਵੇਗੀ ਹੰਕਾਰ ਤੇ ਜ਼ਰੂਰ ਆ ਜਾਏਗਾ ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਬਿਬੇਕਾ ਏ ਪਿਆਰੇ ਇਹ ਤਰੀਕੇ ਨਹੀਂ ਇਹ ਵਿਦੀਆਂ ਮਿਲਨ ਦੀਆਂ ਨਹੀਂ ਧੰਗੁਰੂ ਅਰਜਨ ਦੇ ਪਿਤਾ ਜੀ ਪਰਮਾਉਂਦੇ ਨੇ ਮੈਂ ਵੇਖਿਆ ਅਨੇਕਾਂ ਕਰਮ ਕਰਨ ਵਾਲਿਆਂ ਨੂੰ ਇਸ ਕਰਕੇ ਮੈਂ ਪਹਿਲਾਂ ਹੀ ਤੇਰੀ ਸ਼ਰਨ ਵਿੱਚ ਆ ਗਿਆ ਮਾਂ ਤੇ ਮੇਰੇ ਤੇ ਕਿਰਪਾ ਕਰ ਮੈਨੂੰ ਵਿਵੇਕ ਬੁੱਧੀ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇ ਤੇ ਇਸੇ ਅਸ਼ਟਪਦੀ ਦਾ ਜਿਹੜਾ ਅੱਠਵਾਂ ਪਦਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਸਾਦ ਸੰਗਤ ਵਿੱਚ ਆ ਕੇ ਖਰੀ ਦੀ ਕੀਰਤੀ ਕਰਨੀ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਕਰਮ ਇਹ ਹੈ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਤੇ ਦੂਜਾ ਰਹਾਵਾਲਾ ਪਤਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਉਦੀ ਰਹਿਮਤ ਹੋ ਜਾਵੇ ਕਿਤੇ ਮਨ ਰਤਿਆ ਜਾਵੇ ਪਰ ਯਾਦ ਰੱਖਣਾ ਪ੍ਰਭੂ ਦੇ ਵਿੱਚ ਤੇ ਸਾਡੇ ਵਿੱਚ ਗੁਰੂ ਵਿੱਚ ਤੇ ਸਾਡੇ ਵਿੱਚ ਇੱਕ ਬੜੀ ਵੱਡੀ ਰੁਕਾਵਟ ਹੈ ਜੋ ਸਾਨੂੰ ਉਥੋਂ ਤੱਕ ਪਹੁੰਚਣ ਨਹੀਂ ਦਿੰਦੀ ਨੇੜੇ ਖੋਕੇ ਵੀ ਵੇਖਣ ਨੂੰ ਲੱਗਦਾ ਹੈ ਸਰੀਰਕ ਤੌਰ ਤੇ ਮੈਂ ਗੁਰੂ ਦੇ ਬਹੁਤ ਨਜ਼ਦੀਕ ਹਾਂ ਪਰ ਗੁਰੂ ਕੇ ਪਿਆਰ ਵਾਲਿਓ ਅੰਦਰੋਂ ਤੇ ਮੈਂ ਗੁਰੂ ਤੋਂ ਬਹੁਤ ਦੂਰ ਬੈਠਾ ਹੋਇਆ ਹਾਂ ਉਹ ਕਿਹੜਾ ਕਹੇ ਸਤਗੁਰੂ ਗੁਰਦੇਵ ਪਿਤਾ ਜੀ ਨੇ ਅੱਜ ਉਹਦਾ ਜ਼ਿਕਰ ਕੀਤਾ ਇਸ ਪਾਵਨ ਪਵਿੱਤਰ ਸ਼ਲੋਕ ਅੰਦਰ ਆਪਾਂ ਉਸ ਪਾਵਨ ਪਵਿੱਤਰ ਸ਼ਲੋਕ ਦੇ ਵਿਚਾਰ ਨਾਲ ਜੁੜੀਏ ਜਿਨ੍ਹਾਂ ਅੰਦਰ ਦੂਜਾ ਭਾਵ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਿਤਾ ਜੀ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਵਿੱਚ ਦੂਜਾ ਭਾਵ ਦੂਜਾ ਭਾਵ ਦੂਜਾ ਪਿਆਰ ਹੈ ਦੂਜਾ ਪਿਆਰ ਆਪਾਂ ਮਾਇਆ ਦੇ ਪਿਆਰ ਦੀ ਗੱਲ ਕਰ ਸਕਦੇ ਹਾਂ ਹੋਰ ਕਿਸੇ ਪ੍ਰਮਾਤਮਾ ਸਤਿਗੁਰੂ ਗੁਰਦੇਵ ਪਿਤਾ ਨੂੰ ਛੱਡ ਕੇ ਕਿਸੇ ਹੋਰ ਮਗਰ ਜਾਣ ਵਾਲੀ ਗੱਲ ਇਹ ਵੀ ਦੂਜਾ ਭਾਵਖ ਹੈ ਤੇ ਮੇਰੇ ਪਾਤਸ਼ਾਹ ਦੀ ਨੇ ਕਿਰਪਾ ਕੀਤੀ ਦੂਜਾ ਭਾਉ ਨਾ ਦੇਈ ਲਿਵ ਲਗਨ ਇਨ ਹਰ ਕੇ ਚਰਨ ਵਿਸਾਰੇ ਇਹ ਜਿਹੜਾ ਦੂਜਾ ਭਾਵ ਹੈ ਨਾ ਇਹ ਸਾਡੀ ਲਿਵ ਪ੍ਰਮਾਤਮਾ ਦੇ ਨਾਲ ਜੁੜਨ ਦਿੰਦਾ ਕੀ ਨਹੀਂ ਇਨ ਮਾਇਆ जगदीश गुसाई तुम्हारे चरण बिसारे उकिंचत प्रीत ना उपजे जन को जन कहा करे बेचारे इन माया दूजा पाओ कहंदे ने इस माया ने हे जगदीश के गुसाई तेरे चरण नू भुला देता है किंचत ਕਹਿੰਦੇ ਨੇ ਰਿੰਚਕ ਮਾਤਰ ਵੀ ਭਗਤ ਜੀ ਨੇ ਆਪਣੀ ਬਾਣੀ ਅੰਦਰ ਕਿੰਚਤ ਸ਼ਬਦ ਬਹੁਤ ਵਾਰੀ ਵਰਤਿਆ ਗੁਰ ਕਿੰਚਤ ਕਿਰਪਾ ਕਿੰਨੀ ਸਭ ਤਨ ਮਨ ਦੇ ਹਰ ਲੀਨੀ ਇਥੇ ਵੀ ਕਿੰਚਤ ਪ੍ਰੀਤ ਨਾ ਉਪਜੈ ਜਨ ਕੋ ਕਹਿੰਦੇ ਨੇ ਆਪਣੇ ਆਪ ਨੂੰ ਤੇਰਾ ਅਖੌਤੀ ਦਾਸ ਅਖਵੌਣ ਵਾਲਾ ਜਿਹੜਾ ਕਹੇ ਉਹਦੇ ਵਿੱਚ ਬਿਲਕੁਲ ਵੀ ਪ੍ਰੀਤ ਨਹੀਂ ਪੈਦਾ ਹੁੰਦੀ ਜਨ ਕਹਾ ਕਰੇ ਫਿਰ ਇਹ ਵਿਚਾਰੇ ਕੀ ਕਰਨ ਕਿੱਥੇ ਜਾਣੇ ਭਾਵ ਇਹੀ ਹੈ ਗੁਰੂ ਕੇ ਪਿਆਰ ਵਾਲਿਓ ਕਿ ਦੂਜਾ ਭਾਵ ਜਿਹੜਾ ਸਾਡੇ ਅੰਦਰ ਮਾਇਆ ਦੇ ਮੋਹ ਦਾ ਜ਼ੋਰ ਹੈ ਇਸ ਨੂੰ ਗੁਰੂ ਦੀ ਕਿਰਪਾ ਦੇ ਨਾਲ ਗੁਰਬਾਣੀ ਦੀ ਵਿਚਾਰ ਦੇ ਨਾਲ ਗੁਰੂ ਕੀ ਸੰਗਤ ਦੇ ਨਾਲ ਇਸ ਨੂੰ ਘਟਾਇਆ ਜਾ ਸਕਦਾ ਹੈ ਜਿਵੇਂ ਕੋਈ ਵੀ ਬਿਮਾਰੀ ਕਿਸੇ ਨੂੰ ਲੱਗ ਜਾਏ ਤੇ ਉਹਦਾ ਇਲਾਜ ਤੇ ਕੁਝ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਸਟੇਜ ਤੇ ਪਹੁੰਚ ਜਾਣ ਜਿਵੇਂ ਕੱਲ ਮੈਂ ਜ਼ਿਕਰ ਕੀਤਾ ਸੀ ਉਹਨਾਂ ਦਾ ਇਲਾਜ ਕੋਈ ਨਹੀਂ ਹੁੰਦਾ ਪਰ ਕੁਝ ਬਿਮਾਰੀਆਂ ਜੇ ਪਹਿਲਾਂ ਹੀ ਪਕੜ ਲਈਆਂ ਜਾਣ ਤੇ ਫਿਰ ਐਸੀ ਗੱਲ ਨਹੀਂ ਉਹਨਾਂ ਦਾ ਇਲਾਜ ਨਾ ਹੋ ਸਕੇ ਇਲਾਜ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਇਹ ਦੂਜਾ ਭਾਵ ਹੈ ਜਿਹੜੇ ਵਿਕਾਰ ਨੇ ਜਿਹੜੇ ਸਾਨੂੰ ਪਤਾ ਹੈ ਕਿ ਸਾਨੂੰ ਸਤਪੁਰਜੀ ਤੋਂ ਪਰਮੇਸ਼ਰ ਤੋਂ ਦੂਰ ਕਰਨ ਦਾ ਕਾਰਨ ਬਣਦੇ ਨੇ ਕਿਉਂ ਨਾ ਆਪਾਂ ਆਕੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਘਰ ਨਾਮ ਔਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ ਕਿਉਂ ਨਾ ਉਹਦੇ ਕੋਲ ਆਕੇ ਆਪਾਂ ਦਵਾਈ ਲੈ ਲਈਏ ਕਈ ਵਾਰੀ ਬਿਮਾਰੀ ਲੱਗਣ ਉੱਤੇ ਦਵਾਈ ਖਾਧੀ ਜਾਂਦੀ ਹੈ ਪਰ ਮੈਂ ਬੇਨਤੀ ਕਰ ਦੇਵਾ ਜਦੋਂ ਛੋਟੇ ਬੱਚਿਆਂ ਦਾ ਜਨਮ ਹੁੰਦਾ ਨਾ ਤੁਹਾਡੇ ਇੱਥੇ ਵੀ ਸ਼ਾਇਦ ਪਲਸ ਪੋਲੀਓ ਦੀ ਸਕੀਮ ਚੱਲਦੀ ਹੋਣੀ ਹੈ ਸਾਡੇ ਆਪਣੇ ਇੰਡੀਆ ਵਿੱਚ ਵੀ ਆਪਾਂ ਵੇਖਦੇ ਹਾਂ ਕੁਝ ਮਹੀਨਿਆਂ ਬਾਅਦ ਕਿਉਂਕਿ ਬੱਚਿਆਂ ਦਾ ਜਨਮ ਹੁੰਦਾ ਰਹਿੰਦਾ ਹੈ 5 ਸਾਲ ਤੱਕ ਬੱਚਿਆਂ ਨੂੰ ਕਈ ਵਾਰੀ ਪਲਸ ਆ ਜਿਹੜੀ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਂਦੀਆਂ ਹਾਲਾਂਕਿ ਬੱਚੇ ਠੀਕ-ਠਾਕ ਨੇ ਜੇ ਕੋਈ ਮਾਂ ਆਖੇ ਨਹੀਂ ਮੇਰਾ ਬੱਚਾ ਤਾਂ ਠੀਕ ਹੈ ਮੈਨੂੰ ਕੋਈ ਲੋੜ ਨਹੀਂ ਦਵਾਈ ਪਿਲਾਉਣ ਦੀ ਇਹਨੂੰ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਉਹ ਪੋਲੀਓ ਕਿਤੇ ਮਰੀਜ਼ ਨਾ ਬਣ ਜਾ ਪਹਿਲਾਂ ਹੁਣ ਪੋਲੀਓ ਬਹੁਤ ਘਟ ਚੁੱਕਾ ਹੈ ਪਹਿਲਾਂ ਪਹਿਲਾਂ ਬਹੁਤ ਮਰੀਜ਼ ਸਨ ਕਿਸੇ ਦੀ ਕਿਸੇ ਦੀ ਲੱਤ ਕਮਜ਼ੋਰ ਹੋ ਗਈ ਕਿਸੇ ਦਾ ਕੋਈ ਅੰਗ ਕਮਜ਼ੋਰ ਆ ਜਾ ਹੋ ਜਾਣਾ ਪਰ ਜਦੋਂ ਪਲਸ ਪੋਲੀਓ ਦੀਆਂ ਬੂੰਨਾ ਪਿਲਾਈਆਂ ਫਿਰ ਸਾਰੇ ਜਿੰਨੂੰ ਪਤਾ ਲੱਗ ਜਾਏ ਕਿ ਫਲਾਣੇ ਥਾਂ ਤੇ ਉਹ ਆਪ ਬੱਚੇ ਨੂੰ ਲੈ ਕੇ ਉੱਥੇ ਜਾਂਦੇ ਨੇ ਕਿਤੇ ਮੇਰਾ ਬੱਚਾ ਦਵਾਈ ਪੀਨ ਤੋਂ ਰਹਿ ਨਾ ਜਾਵੇ ਆਉਣ ਵਾਲੇ ਸਮੇਂ ਵਿੱਚ ਕਿਤੇ ਐਸਾ ਨਾ ਹੋਵੇ ਬਿਮਾਰੀ ਇਹਨੂੰ ਘੇਰਾ ਪਾ ਲਵੇ ਬੱਚਿਆਂ ਨੂੰ ਟੀਕੇ ਲਵਾਏ ਜਾਂਦੇ ਨੇ ਪਹਿਲਾਂ ਤੇ ਚੰਗੇ ਭਲੇ ਬੱਚੇ ਹੁੰਦੇ ਨੇ ਗੁਰੂ ਕੇ ਪਿਆਰ ਵਾਲਿਓ ਇਸੇ ਤਰ੍ਹਾਂ ਨਿਰੰਕਾਰ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ ਦੀ ਗੋਦ ਸਾਨੂੰ ਬਖਸ਼ਿਸ਼ ਕੀਤੀ ਹੈ ਕਿਤੇ ਬਚਪਨ ਤੋਂ ਹੀ ਕਿਤੇ ਸਾਨੂੰ ਐਸੇ ਗੁਰਮੁਖ ਮਾਤਾ ਪਿਤਾ ਤੇ ਕਿਤੇ ਗੋਦ ਵੱਡਿਆਂ ਭਾਗਾਂ ਨਾਲ ਮਿਲ ਜਾਏ ਜਿਹੜੇ ਸਾਨੂੰ ਬਚਪਨ ਦੇ ਵਿੱਚ ਹੀ ਗੁਰਬਾਣੀ ਦੀਆਂ ਲੋਰੀਆਂ ਸੁਣਾਉਣ ਲੱਗ ਪੈਣ ਜੇ ਬਚਪਨ ਦੇ ਵਿੱਚ ਹੀ ਨਾਲ-ਨਾਲ ਜਿੱਤੇ ਹੋਰ ਕੁਝ ਬੱਚਿਆਂ ਨੂੰ ਬੜੇ ਵਧੀਆ ਵਸਤਰ ਪਹਿਨਾਏ ਜਾਂਦੇ ਨੇ ਬੜਾ ਕੁਝ ਕੀਤਾ ਬੱਚੇ ਨੂੰ ਚੰਗੀ ਖੁਰਾਕ ਦਿੱਤੀ ਜਾਂਦੀ ਹੈ ਬੱਚੇ ਨੂੰ ਵਧੀਆ ਸਕੂਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਸਿਆਣੀ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਨਾਲ-ਨਾਲ ਆ ਜਿਹੜੇ ਗੁਰੂ ਦੀ ਮੱਤ ਹੈ ਨਾ ਗੁਰੂ ਕੀ ਬਾਣੀ ਹੈ ਪਰਮੇਸ਼ਰ ਦਾ ਨਾਮ ਇਹਦੇ ਨਾਲ ਜੋੜਨਗੇ ਪੂਤਾ ਮਾਤਾ ਕੀ ਅਸੀਸ ਵਾਲਾ ਸ਼ਬਦ ਦਾ ਨਾ ਦੂਸਰਾ ਪਦਾ ਮਾ ਕਹਿੰਦੀ ਸਤਗੁਰ ਤੁਮ ਕੋ ਖੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਜਿਵੇਂ ਕਪੜਾ ਸਾਡੇ ਤਨ ਦਾ ਨੰਗੇਜ ਟੱਗਦਾ ਟੱਕਦਾ ਨਾ ਇਸੇ ਤਰ੍ਹਾਂ ਸਤਗੁਰ ਕਿਰਪਾ ਕਰਨ ਅਕਾਲ ਪੁਰਖ ਤੇਰੀ ਪਤ ਟੱਕ ਲੈ ਕਾਪੜ ਪਤ ਪਰਮੇਸ਼ਰ ਰਾਖੀ ਜਿਵੇਂ ਤੂੰ ਰੋਜ਼ ਭੋਜਨ ਛਕਦਾ ਹੈ ਨਾ ਕਦੀ ਕਹਿੰਦਾ ਮਾਤਾ ਜੀ ਮੰਮੀ ਮੈਨੂੰ ਆ ਅੱਜ ਬਣਾ ਕੇ ਦੀ ਮੈਂ ਸਕੂਲ ਟਿਫਨ ਅੱਜ ਇਹ ਲੈ ਕੇ ਜਾਣਾ ਕਦੀ ਕੁਝ ਇਸੇ ਤਰ੍ਹਾਂ ਤੇਰਾ ਆਤਮ ਖੁਰਾਕ ਤੇਰੀ ਭੋਜਨ ਕੀਰਤਨ ਨੀਤ ਤੂੰ ਨਿਤਾ ਪ੍ਰਤੀ ਉਹਦੀ ਕੀਰਤੀ ਕਰੇ ਸੁਣੇ ਇਹ ਵੀ ਤੇਰੀ ਖੁਰਾਕ ਬਣ ਜਾਏ ਤੇ ਸੱਚ ਜਾਨਾ ਜੇ ਇਹ ਖੁਰਾਕ ਬਣ ਗਈ ਨਾ ਤੇ ਫਿਰ ਆਪਾਂ ਇਹਨਾਂ ਨਾਮੁਰਾਦ ਬਿਮਾਰੀਆਂ ਤੋਂ ਦੂਜਾ ਭਾਵ ਤੋਂ ਵਿਸ਼ੇ ਵਿਕਾਰਾਂ ਤੋਂ ਗੁਰੂ ਦੀ ਕਿਰਪਾ ਦੇ ਨਾਲ ਆਪਾਂ ਬਚ ਸਕਦੇ ਹਾਂ ਸਤਿਗੁਰੂ ਨੇ ਇੱਥੇ ਇਹੀ ਕਿਰਪਾ ਕੀਤੀ ਜਿਹੜਾ ਮਾਇਆ ਦਾ ਮੋਹ ਇਹੀ ਅਸਲ ਵਿੱਚ ਦੂਜਾ ਭਾਵ ਹੈ ਮਾਇਆ ਦੇ ਅਨੇਕਾਂ ਰੰਗ ਨੇ ਮੈਂ ਬੇਨਤੀ ਕਰਾਂ ਕੇਵਲ ਆ ਜਿਹੜੀ ਕਰੰਸੀ ਹੈ ਇਸੇ ਨੂੰ ਆਪਾਂ ਮਾਇਆ ਨਾ ਸਮਝੀਏ ਇਹੀ ਨਹੀਂ ਮਾਇਆ ਕਈਆਂ ਦੇ ਕੋਲ ਏਨੀ ਮਾਇਆ ਹੈ ਪਰ ਮਾਲਕ ਨੇ ਉਹਨਾਂ ਨੂੰ ਦਿਲ ਵੀ ਬੜਾ ਖੁੱਲਾ ਦਿੱਤਾ ਹੋਇਆ ਹੈ। ਭਾਵੇਂ ਧਰਮ ਦੇ ਕਾਰਜਾਂ ਵਾਸਤੇ ਹੋਵੇ ਕਿਸੇ ਲੋੜਵੰਦ ਦੀ ਲੋੜ ਕਰਨ ਪੂਰੀ ਕਰਨੀ ਕੋਵੇ ਉਹ ਦਿਲ ਖੋਲ ਕੇ ਦਿੰਦੇ ਨੇ ਉਹਨਾਂ ਨੂੰ ਪਤਾ ਹੈ ਦੇਣ ਵਾਲਾ ਮੇਰਾ ਕਰਤਾ ਅਕਾਲ ਪੁਰਖ ਹੈ ਮੈਂ ਤੇ ਕੇਵਲ ਦੇਣ ਵਾਲਾ ਮਾਂ ਕੋਈ ਰੋਜ ਦਿੰਦਾ ਸੀ ਅੱਖਾਂ ਨੀਵੀਆਂ ਪਾ ਕੇ ਇੱਕ ਨੇ ਪੁੱਛਿਆ ਤੂੰ ਤੇ ਅੱਖਾਂ ਇੰਜ ਥੱਲੇ ਕਰਦੇ ਰੱਖਦਾ ਹੈ ਤੇ ਜਿਹੜਾ ਆਉਂਦਾ ਹੈ ਕਈ ਦੋਰੀਵਾਰੀ ਤੀਜੀ ਤੀਜੀ ਵਾਰ ਲਈ ਜਾਂਦੇ ਨੇ ਕਹਿੰਦਾ ਫਿਰ ਕੀ ਲਈ ਜਾਂਦੇ ਨੇ ਤੇ ਮੈਂ ਤਾਂ ਅੱਖਾਂ ਨੀਵੀਆਂ ਕਰਕੇ ਰੱਖਦਾ ਕਿਤੇ ਮੈਨੂੰ ਹੰਕਾਰ ਨਾ ਹੋ ਜਾਏ ਲੋਕ ਕਿਤੇ ਇਹ ਨਾ ਆਖਣ ਦੇਣ ਵਾਲਾ ਮੈਂ ਤੇ ਇੱਕ ਸਿਰਫ ਇੱਕ ਮਾਧਿਅਮ ਦੇ ਰਿਹਾ ਇਹਨਾਂ ਨੂੰ ਮੈਂ ਮੈਨੂੰ ਕੋਈ ਦੇਣ ਵਾਲਾ ਤੇ ਹੋਰ ਹੀ ਹੈ ਨਾ ਮੇਰਾ ਕਰਤਾ ਅਕਾਲਪੁਰਖ ਵੈਗੁਰੂ ਹੈ ਉਹ ਦੇ ਰਿਹਾ ਹੈ ਨਾ ਕਈਆਂ ਦੇ ਕੋਲ ਮਾਇਆ ਵੀ ਬਹੁਤ ਹੈ ਮਾਇਆ ਧਾਰੀ ਵੀ ਨੇ ਤੇ ਨਾਲ ਅੰਮ੍ਰਿਤ ਧਾਰੀ ਵੀ ਨੇ ਨਾਮ ਧਾਰੀ ਵੀ ਨੇ ਇਹ ਚੇਤੇ ਰੱਖਣਾ ਨਾਮ ਨੂੰ ਵੀ ਟਿਕਾ ਕੇ ਰੱਖਿਆ ਹੋਇਆ ਹੈ ਗੁਰੂ ਦੀ ਅੰਮ੍ਰਿਤ ਬਾਣੀ ਨਾਲ ਵੀ ਜੁੜੇ ਹੋਏ ਨੇ ਪਰ ਐਸੇ ਵਿਰਲੇ ਨੇ ਬਹੁਤਾਂ ਦਾ ਜ਼ਿਕਰ ਗੁਰਬਾਣੀ ਅੰਦਰ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਕੋ ਝੋਲਾ ਵੀ ਸਤਗੁਰੂ ਜੀ ਨੇ ਇਹ ਵੀ ਪਾਵਨ ਪਵਿੱਤਰ ਬਚਨ ਗੁਰਬਾਣੀ ਰਾਹੀਂ ਸਾਨੂੰ ਸੇਧ ਬਖਸ਼ਿਸ਼ ਕੀਤੀ ਹੈ ਇਸ ਕਰਕੇ ਮਾਇਆ ਕਈ ਰੰਗਾਂ ਰੂਪਾਂ ਵਿੱਚ ਹੁਣ ਆਪਾਂ ਕੋਈ ਵੀ ਇੰਸਟੀਚਿਊਟ ਚਲਾਣੇ ਆ ਧਾਰਮਿਕ ਹੈ ਭਾਵੇਂ ਉਹ ਦੁਨਿਆਵੀ ਹੈ ਉਹਨੂੰ ਚਲਾਉਣ ਨੂੰ ਵਾਸਤੇ ਕੋਈ ਉੱਥੋਂ ਦਾ ਚੇਅਰਮੈਨ ਥਾਪਨਾ ਪੈਂਦਾ ਹੈ ਕੋਈ ਪ੍ਰਿੰਸੀਪਲ ਬਣਾਉਣਾ ਪੈਂਦਾ ਹੈ ਕੋਈ ਕੈਸ਼ਰ ਬਣਾਉਣਾ ਪੈਂਦਾ ਵਕ ਵਕ ਅਹੁਦੇ ਦੇਣੇ ਪੈਂਦੇ ਨੇ ਠੀਕ ਹੈ ਚਲਾਉਣ ਵਾਸਤੇ ਚਾਹੀਦਾ ਨਾ ਕੋਈ ਵੀ ਹੁਣ ਜਿਵੇਂ ਘਰ ਵੀ ਚਲਾਣਾ ਤੇ ਘਰ ਦੇ ਸਾਰੇ ਆਗੂ ਤੇ ਬਣਦੇ ਕੋਈ ਨਹੀਂ ਇੱਕ ਮੁਖੀ ਹੁੰਦਾ ਹੈ ਲੈਣ ਦੇਣ ਉਹ ਕੀ ਕਰਦਾ ਸਾਰਾ ਕੁਝ ਇਸੇ ਤਰ੍ਹਾਂ ਕੋਈ ਵੀ ਸੰਸਥਾ ਚਲਾਉਣ ਵਾਸਤੇ ਉਹਦਾ ਮੁਖ ਸੇਵਾਦਾਰ ਤੇ ਬਣਾਉਣਾ ਹੀ ਪੈਂਦਾ ਹੈ ਬੰਣਾ ਵੀ ਚਾਹੀਦਾ ਸਾਰੇ ਵਕ ਵਕ ਅਹੁਦੇ ਹੋਣਗੇ ਪਰ ਇਹਨਾਂ ਅਹੁਦਿਆਂ ਨੂੰ ਪ੍ਰਾਪਤ ਕਰਕੇ ਮਾਣ ਨਾ ਕਰੀਏ ਦਾਤਿਆ ਤੂੰ ਆਪ ਤ੍ਰੁੱਠ ਕੇ ਇਹ ਸੇਵਾ ਲੈ ਰਿਹਾ ਹੈ ਯਾਦ ਰੱਖਣਾ ਭਾਵੇਂ ਉਹ ਦੁਨਿਆਵੀ ਤੌਰ ਤੇ ਕੋਈ ਸੰਸਥਾ ਹੈ ਭਾਵੇਂ ਕੋਈ ਧਾਰਮਿਕ ਸੰਸਥਾ ਹੈ ਜੇ ਸੇਵਾ ਕਰਦੇ ਹਾਂ ਕਰਦੇ ਹਾਂ ਨਿਸ਼ਕਾਮਤਾ ਨਹੀਂ ਆਈ ਮਨ ਅੰਦਰ ਹੰਕਾਰ ਪੈਦਾ ਹੋ ਗਿਆ ਸਮਝ ਲੈਣਾ ਤੇ ਦੂਜਾ ਭਾਵ ਆ ਗਿਆ ਫਿਰ ਨੇੜੇ ਨਹੀਂ ਹੋਏ ਸਤਗੁਰੂ ਤੇ ਸੇਵਾ ਕਰਨ ਦੇ ਜਿਹੜਾ ਫਲ ਹੈ ਨਾ ਉਹਦਾ ਰਿਜ਼ਲਟ ਕੀ ਹੈ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਖੋਤ ਪ੍ਰਾਪਤ ਸੁਆਮੀ ਸੇਵਾ ਕਰਦੇ ਆ ਕਰਦੇ ਆ ਨਿਸ਼ਕਾਮਤਾ ਆ ਜਾਏ ਕੁਝ ਨਹੀਂ ਚਾਹੀਦਾ ਹਾਂ ਮਰਿਆ ਮਾਲਕ ਟੁੱਟ ਕੇ ਪਤਾ ਨਹੀਂ ਕਿਹੜੀ ਦਾਤ ਨਾਲ ਝੋਲੀ ਭਰ ਦੇਵੇ ਪਰ ਉਹ ਆਖੇ ਦਾਤਿਆ ਬਸ ਤੇਰੇ ਚਰਨਾਂ ਦੀ ਮੈਨੂੰ ਤੇ ਸੇਵਾ ਚਾਹੀਦੀ ਏ ਬਸ ਆਪਣੇ ਦਰ ਦਾ ਬਣਾ ਕੇ ਰਖੀ ਸਤਗੁਰ ਨੇ ਇਸ ਕਰਕੇ ਗੁਰਬਾਣੀ ਅੰਦਰ ਤੁਸੀਂ ਪੜਦੇਓ ਇਹ ਮਾਇਆ ਜਿੱਤ ਘਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਤੇ ਇੱਥੇ ਵੀ ਜਿੰਨਾ ਅੰਦਰ ਦੂਜਾ ਭਾਵ ਹੈ ਮਾਇਆ ਉਹ ਹੈ ਜਿਹੜੀ ਸਾਨੂੰ ਪਰਮਾਤਮਾ ਤੋਂ ਗੁਰੂ ਤੋਂ ਗੁਰਬਾਣੀ ਪੜਨ ਤੋਂ ਨਿਤਨੇਮ ਤੋਂ ਭਾਵੇਂ ਉਹ ਮਹਿਲ-ਮਾੜੀਆਂ ਹੋਣ ਭਾਵੇਂ ਉਹ ਪਰਿਵਾਰ ਹੋਵੇ ਭਾਵੇਂ ਉਹ ਰਾਜ-ਪਾਗ ਹੋਵੇ ਭਾਵੇਂ ਉਹ ਦੁਨਿਆਵੀ ਪਦਾਰਥ ਹੋਣ ਸਮਝ ਲੈਣਾ ਜੇ ਗੁਰਬਾਣੀ ਨੂੰ ਪੜ ਕੇ ਇੰਨੀ ਸਮਝ ਆ ਗਈ ਤੇ ਫਿਰ ਆਪਾਂ ਇਹ ਜੋ ਮਾਇਆ ਹੈ ਨਾ ਇਹਨਾਂ ਦੇ ਪ੍ਰਭਾਵ ਤੋਂ ਬਚਨ ਦਾ ਅਸੀਂ ਯਤਨ ਕਰ ਸਕਦੇ ਹਾਂ ਸਤਗੁਰੂ ਗੁਰਦੇਵ ਪਿਤਾ ਜੀ ਸਾਡਾ ਜੀਵਨ ਬਦਲ ਦਿੰਦੇ ਨੇ ਤੇ ਇਸੇ ਕਰਕੇ ਮਾਇਆ ਦੇ ਪ੍ਰਭਾਵ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਦਿਨ ਮੈਂ ਤੇ ਵੀਰ ਜੀ ਬੈਠੇ ਵਿਚਾਰਾ ਕਰ ਰਹੇ ਸਾਂ ਭਾਈ ਸਾਹਿਬ ਦਾ ਇੱਕ ਕਬੈਤ ਉਚਾਰਨ ਕੀਤਾ ਹੋਇਆ ਹੈ ਮਾਇਆ ਪ੍ਰਤੀ ਮਾਇਆ ਦੇ ਸਬੰਧ ਵਿੱਚ ਹੈ ਤੇ ਉਹ ਜਿਹੜਾ ਕਬੈਤ ਹੈ ਕਹਿੰਦੇ ਜਿੱਥੇ ਸਿੱਖ ਨਿਤਨੇਮ ਕਰਦੇ ਹਨ ਭਾਈ ਕਾਨ ਸਿੰਘ ਦੀ ਨਾਭਾ ਨੇ ਮਹਾਨ ਕੋਸ਼ ਅੰਦਰ ਜ਼ਿਕਰ ਕੀਤਾ ਵੀ ਕਿਤੇ ਰੋਜ਼ ਕਿਤੇ ਇਹਦਾ ਵੀ ਪਾਠ ਕਰ ਲਿਆ ਕਰੋ ਰੂਟੀਨ ਮੁਤਾਬਕ ਤੇ ਹੋ ਸਕਦਾ ਕਿਤੇ ਮਾਇਆ ਦੇ ਪ੍ਰਭਾਵ ਤੋਂ ਆਪਾਂ ਬਚ ਜਾਈਏ ਭਾਈ ਸਾਹਿਬ ਨੇ ਉੱਥੇ ਕੁਝ ਉਦਾਹਰਨਾਂ ਦਿੱਤੀਆਂ ਨੇ ਆ ਜਿਵੇਂ ਇੱਥੇ ਤੁਹਾਡੇ ਵੀ ਆ ਵੇਖਦੇ ਆ ਸਮੁੰਦਰ ਵਿੱਚ ਛੋਟੀਆਂ-ਛੋਟੀਆਂ ਬੇੜੀਆਂ ਆ ਜਿਹੜਾ ਛੋਟਾ ਜਿਹਾ ਇੱਥੇ ਹਿੱਸਾ ਪਾਣੀ ਦਾ ਦਰਿਆ ਵਾਂਗੂ ਵਗਦਾ ਲੱਕੜ ਦੀਆਂ ਬੇੜੀਆਂ ਵੀ ਹੁੰਦੀਆਂ ਨੇ ਆਮ ਪਹਿਲਾਂ ਲੱਕੜ ਦੀਆਂ ਬੇੜੀਆਂ ਹੁੰਦੀਆਂ ਸਨ ਫਿਰ ਤੇ ਉਸ ਤੋਂ ਬਾਅਦ ਅਲੋਖੇ ਦੇ ਜਹਾਜ਼ ਇਤਿਹਾਸ ਸਾਰਾ ਕੁਝ ਬਣਿਆ ਭਾਈ ਸਾਹਿਬ ਨੇ ਉੱਥੇ ਦਰਹਾਲਾ ਕਿ ਜੇ ਡੀ 베ੜੀ ਪਾਣੀ ਦੇ ਵਿੱਚ ਕਹ ਉਹਨੂੰ ਕਦੀ ਅੱਗ ਲੱਗਦੀ ਕੋਈ ਨਹੀਂ ਪਰ ਵਿਅੰਗਮਈ ਰੂਪ ਦੇ ਵਿੱਚ ਭਾਈ ਸਾਹਿਬ ਨੇ ਸਾਡੇ ਸਾਹਮਣੇ ਇਹ ਗੱਲ ਰੱਖੀ ਹੈ ਬਾਹਰ ਕੀ ਅਗਨ ਬੂਜਤ ਜਲ ਸਰਤਾ ਕੈ ਨਾਓ ਮੇ ਜੋ ਆਗ ਲੱਗੇ ਕੈਸੇ ਕੈ ਬੁਝਾਈਏ ਬਾਹਰ ਅੱਗ ਲੱਗ ਜਾਏ ਅਸੀਂ ਨਦੀ ਦਾ ਪਾਣੀ ਬਾਲਟੀਆਂ ਨਾਲ ਭਰ-ਭਰ ਕੇ ਉਸ ਅੱਗ ਨੂੰ ਬੁਝਾਉਣ ਦਾ ਯਤਨ ਕਰਦੇ ਹਾਂ ਜੇ 베ੜੀ ਨੂੰ ਅੱਗ ਲੱਗ ਜਾਏਗੀ ਕਿਵੇਂ ਬੁਝਾਓਗੇ ਨਾਉ ਮੇ ਜੋ ਆਗ ਲਗੇ ਕੈਸੇ ਕੇ ਬੁਝਾਈਏ ਬਾਹਰ ਸੇ ਭਾਗ ਭਾਗ ਓਟ ਲੀਜੀਤ ਕੋਟ ਗੜ ਗੜ ਮੇ ਜੋ ਲੂਟ ਲੀਜੈ ਕਹੋ ਕਤ ਜਾਈਏ ਕੋਈ ਕਿਲਾ ਸੀ ਕਿਲਾ ਬੰਦੇ ਨੂੰ ਨਾ ਚੋਰਾਂ ਦਾ ਡਰ ਡਾਕੂ ਪਿੱਛੇ ਲੱਗੇ ਸੋਚਿਆ ਕਿਲਾ ਬੜਾ ਵਧੀਆ ਮੈਂ ਇਹਦੇ ਅੰਦਰ ਵੜ ਜਾਵਾਂ ਸ਼ਾਇਦ ਬਚ ਜਾਵਾਂ ਪਰ ਕਿਲੇ ਵਿੱਚ ਵੜਿਆ ਦਰਵਾਜ਼ਾ ਬੰਦ ਕੀਤਾ ਉਹਦੇ ਪਹਿਲੇ ਲੁਟੇਰੇ ਬੈਠੇ ਹੋਏ ਨੇ ਕਿੱਥੇ ਜਾਏਗਾ ਵਿਚਾਰਾ ਕਿੱਥੇ ਜਾਏਗਾ ਚੋਰਨ ਕੇ ਤਰਾਸ ਜਾਏ ਸ਼ਰਨ ਗ헤 ਨਰਿੰਦ ਨਰਿੰਦ ਰਾਜੇ ਨੂੰ ਕਹਿੰਦੇ ਨੇ ਚੋਰਾ ਤੋਂ ਡਰਦਾ ਰਾਜੇ ਦੀ ਸ਼ਰਨ ਵਿੱਚ ਗਿਆ ਤੇ ਰਾਜਾ ਮਾਰੇ ਮਹੀਪਤ ਜੀ ਉਹ ਕੈਸੇ ਕੇ ਬਚਾਈਏ ਰਾਜਾ ਬਚਾਣ ਦੀ ਤਾਂ ਉਲਟਾ ਉਹਦੇ ਉੱਤੇ ਚੋਰੀ ਦਾ ਦੋਸ਼ ਲਾ ਕੇ ਉਹਨੂੰ ਪਾਹੇ ਟੰਗ ਦੇ ਕਿੱਥੇ ਜਾ ਕੇ ਅਪੀਲ ਕਰਾਂਗੇ ਭਾਈ ਸਭ ਕਹਿੰਦੇ ਨੇ ਮਾਇਆ ਡਰ ਡਰਪਤ ਘਾਰ ਗੁਰਦੁਆਰੇ ਜਾਏ ਤਾਂ ਜੋ ਮਾਇਆ ਵਿਆਪੇ ਕਹਾਂ ਟਹਿਹਰਾਈਏ ਅਸੀਂ ਮਾਇਆ ਦੇ ਪ੍ਰਭਾਵ ਤੋਂ ਦੂਜੇ ਭਾਵ ਤੋਂ ਬਚਣ ਵਾਸਤੇ ਆਪਣੀ ਗੁਰਦੁਆਰੇ ਆਉਂਦਿਆਂ ਗੁਰਦੁਆਰੇ ਹੋਏ ਸੋਝੀ ਪਾਏ ਸੀ ਇੱਥੇ ਇਹ ਸੋਝੀ ਮਾਲਕ ਦਿੰਦੇ ਨੇ ਸਾਨੂੰ ਤੁਸੀਂ ਮਾਇਆ ਦੇ ਪ੍ਰਭਾਵ ਤੋਂ ਕਿਵੇਂ ਆਪਣੇ ਆਪ ਨੂੰ ਬਚਾਉਣਾ ਹੈ ਤੇ ਐਸੀ ਗੱਲ ਨਹੀਂ ਸਤਿਗੁਰੂ ਬਚਾਉਂਦੇ ਨੇ ਬਚਾਉਣ ਵਾਲਾ ਮੇਰਾ ਗੁਰੂ ਹੀ ਹੈ ਬਚਾਉਣਾ ਗੁਰੂ ਨਹੀਂ ਹੈ ਕਾ ਭਾਈ ਸਾਹਿਬ ਨੇ ਤੇ ਕੇਵਲੇ ਕੁ ਵਿਅੰਗਮਈ ਰੂਪ ਵਿੱਚ ਸਾਡੇ ਸਾਹਮਣੇ ਗੱਲਾਂ ਰੱਖੀਆਂ ਕਿਤੇ ਵੇਖਿਓ ਗੁਰਧਾਮਾ ਨੂੰ ਵੀ ਕਿਤੇ ਮਾਇਆ ਦੇ ਅਡੇ ਦਾ ਆਪਾ ਬਣਾ ਦਈਏ ਤੁਹਾਡੇ ਦਿੱਤੇ ਬੜੀ ਰਹਿਮਤ ਤੇ ਬੜੀ ਬਖਸ਼ਿਸ਼ ਹੈ ਮੈਂ ਯੂ ਐਸ ਏ ਹੋਰ ਕਈ ਸਾਡੇ ਇੰਡੀਆ ਵਿੱਚ ਬੱਲੇ ਤੋਬਾ ਤੋਬਾ ਹੈਰਾਨ ਹੋ ਜਾਂਦਾ ਹੈ ਇਹ ਕਿਹੜੀ ਸੇਵਾ ਲੱਖਾਂ ਡਾਲਰ ਜਿਹੜੇ ਨੇ ਅਦਾਲਤਾਂ ਨੂੰ ਵਕੀਲਾਂ ਨੂੰ ਦਿੱਤੇ ਜਾ ਰਹੇ ਨੇ ਉੱਥੇ ਗੁਰੂ ਕੇ ਪਿਆਰ ਵਾਲਿਓ ਕੇਵਲ ਕੋਈ ਕਹਿੰਦਾ ਮੈਂ ਅੱਗੇ ਆ ਜਾਵਾਂ ਕੋਈ ਕਹਿੰਦਾ ਮੈਂ ਅੱਗੇ ਆ ਜਾਵਾਂ ਦੂਜੇ ਭਾਵ ਤੋਂ ਬਚਨੇ ਤੇ ਸਤਗੁਰੂ ਜੀ ਇੱਥੇ ਗੁਰੂ ਰਾਮਦਾਸ ਪਿਤਾ ਜੀ ਇਹੀ ਸਮਝਾ ਰਹੇ ਨੇ ਜਿਨ੍ਹਾਂ ਦੇ ਅੰਦਰ ਦੂਜਾ ਮਾਇਆ ਦਾ ਪਿਆਰ ਹੈ ਤੇ ਮਾਇਆ ਜਿਹੜੀ ਹੈ ਨਾ ਮਾਇਆ ਯਾਦ ਰੱਖਣਾ ਇਹਦੇ ਦੋ ਧਾਮ ਨੇ ਆਂਦੀ ਵੀ ਹੈ ਤੇ ਜਾਂਦੀ ਵੀ ਹੈ ਆਏਗੀ ਤੇ ਜਾਏਗੀ ਜ਼ਰੂਰ ਇਹ ਠੀਕ ਹੈ ਕਈ ਭਾਵੇਂ ਐਸੇ ਹੁੰਦੇ ਨੇ ਬੜੇ ਕੰਜੂਸ ਹੁੰਦੇ ਨੇ ਪੈਸਾ ਬਹੁਤ ਹੋਵੇ ਚਮੜੀ ਚਲੀ ਜਾਏ ਦਮੜੀ ਨਹੀਂ ਉਹਨੇ ਜਾਣੀ ਚਾਹੀਦੀ ਬਿਮਾਰ ਹੋਣਗੇ ਇਲਾਜ ਨਹੀਂ ਕਰਵਾਉਣਗੇ ਕਹਿੰਣਗੇ ਮਾਰੀ ਜਾਣਾ ਫਿਰ ਕੀ ਹੋਇਆ ਇਲਾਜ ਕਰਾ ਕੇ ਨਾ ਮਰ ਬਚ ਜਾਣਾ ਪੈਸਾ ਨਾ ਖਰਚ ਹੋ ਜਾ ਕਿਤੇ ਇਹੋ ਜੀਆਂ ਗੱਲਾਂ ਕਰਦੇ ਨੇ ਤੇ ਮਾਇਆ ਦੇ ਦੋ ਦਾਨ ਕਿਸੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦਾ ਮਾਇਆ ਕੇ ਦੋ ਦਾਉ ਹੈ ਕਰੇ ਦੋਏ ਯੁਤਮਾਰ ਆਵੇ ਤੋ ਬੁਰਾਏ ਨਰ ਜਾਏ ਕਰੇ ਖਵਾਰ ਆਉਂਦੀ ਹੈ ਤੇ ਕਮਲਿਆ ਕਰ ਦਿੰਦੀ ਹੈ ਜਾਂਦੀ ਹੈ ਤੇ ਝੋਰੇ ਛੱਡ ਕੇ ਚਲੀ ਜਾਂਦੀ ਹੈ ਜਾਏ ਕਰੇ ਖੁਵਾਰ ਉਹ ਮਰੇ ਨਰ ਝੂਰ ਝੂਰ ਕੈ ਆਵੇ ਵੱਡੋ ਹੰਕਾਰ ਤੁਰੇ ਨਰ ਘੂਰ ਘੂਰ ਕੈ ਉਹ ਬਿਨ ਵਿਚਾਰ ਦੁਖ ਕਾਰ ਸਾਰ ਸੰਤਨ ਫਰਮਾਇਆ ਮਨਮੁਖ ਕੋ ਦੁਖ ਦੇਤ ਆਵਤੀ ਜਾਤੀ ਮਾਇਆ ਮਨਮੁਖਾਂ ਨੂੰ ਦਿੰਦੀ ਹੈ ਗੁਰਮੁਖਾਂ ਨੂੰ ਕੋਈ ਨਹੀਂ ਦਿੰਦੀ ਗੁਰਮੁਖ ਵਾਸਤੇ ਬਹੁਤੀ ਆਗੀ ਕਹਿੰਦਾ ਆਈ ਹੈ ਤੇ ਫਿਰ ਕੀ ਹੈ ਪਹਿਲਾਂ ਨਹੀਂ ਸੀ ਜੇ ਅੱਜ ਆ ਵੀ ਗਈ ਹੈ ਕੋਈ ਦਿਨ ਰਹੇਗੀ ਤੇ ਫਿਰ ਚਲੀ ਜਾਏਗੀ ਆਈ ਹੈ ਤੇ ਚਲੀ ਵੀ ਜਾਏਗੀ ਇਸ ਕਰਕੇ ਉਹਦੀ ਰਜ਼ਾ ਵਿੱਚੋਂ ਰਹਿੰਦੇ ਨੇ ਆਇਆਂ ਆਫਰ ਦੇ ਨਹੀਂ ਜਿਉਂ ਰਾਮ ਰਾਖੈ ਤਿਉ ਰਹੀਏ ਰੇ ਭਾਈ ਭਾਈ ਸਾਹਿਬ ਕੀਰਤੇ ਸ਼ਬਦ ਪੜ੍ਹ ਕੇ ਗਏ ਨੇ ਭਗਤ ਨਾਮਦੇਵ ਜੀ ਦਾ ਤੇ ਮੈਂ ਉਹਦੀ ਵਿਚਾਰ ਪੜ ਰਿਹਾ ਸਾਂ ਮਾਇਆ ਆਵੇ ਉਹਦੀ ਆਕੜ ਨਾ ਹੋਵੇ ਗਰੀਬੀ ਵਿੱਚ ਆਵੇ ਤੇ ਉਹਦੀ ਹੀਣ ਭਾਵਨਾ ਨਾ ਰੱਖੋ ਘਬਰਾਓ ਨਾ ਚਿੰਤਾ ਨਾ ਕਰੋ ਕੋਈ ਗੱਲ ਨਹੀਂ ਮਾਲਕ ਦੀ ਰਜ਼ਾ ਵਿੱਚ ਰਹਿਣ ਦਾ ਢੰਗ ਤਰੀਕਾ ਸਾਨੂੰ ਆਉਣਾ ਚਾਹੀਦਾ ਹੈ ਤਿੰਨਾ ਗੁਰਮੁਖ ਪ੍ਰੀਤ ਨਾ ਹੋਏ ਤੇ ਕਹਿੰਦੇ ਨੇ ਉਹਨਾਂ ਦੇ ਅੰਦਰ ਸਤਗੁਰੂ ਦੇ ਸਨਮੁਖ ਰਹਿਣ ਵਾਲਾ ਜਿਹੜਾ ਪਿਆਰ ਉਹ ਪੈਦਾ ਨਹੀਂ ਹੁੰਦਾ ਗੁਰਮੁਖ ਦਾ ਅਰਥ ਹੈ ਗੁਰੂ ਦੇ ਸਨਮੁਖ ਵੀ ਹੈ ਗੁਰੂ ਰਾਹੀ ਵੀ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਗੁਰਨਾਨਕ ਪਿਤਾ ਵਾਸਤੇ ਵੀ ਗੁਰਮੁਖ ਸ਼ਬਦ ਵਰਤਿਆ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ ਗੁਰਮੁਖ ਦਾ ਅਰਥ ਹੀ ਇਹ ਗੁਰੂ ਦੇ ਸਨਮੁਖ ਰਹਿਣਾ ਜਾਂ ਗੁਰੂ ਰਾਹੀ ਪਰਮਾਤਮਾ ਦੇ ਨਾਲ ਪ੍ਰੀਤ ਪਾਲੈਣੀ ਉਹਨਾਂ ਦੀ ਪ੍ਰੀਤ ਗੁਰੂ ਰਾਹੀ ਕਿਉਂਕਿ ਉਹਨਾਂ ਦੇ ਅੰਦਰ ਤੇ ਦੂਜੇ ਭਾਵ ਦਾ ਜਿਆਦਾ ਜ਼ੋਰ ਹੈ ਨਾ ਉੱਥੇ ਤੇ ਜਿਆਦਾ ਉਹਦੇ ਸ਼ੋਰ ਪਿਆ ਘੋਇਆ ਸ਼ਬਦ ਤੇ ਸੁਣਦੇ ਕੋਈ ਨਹੀਂ ਗੁਰੂ ਦੇ ਸ਼ਬਦ ਨੂੰ ਕਦੀ ਧਿਆਨ ਦੇ ਨਾਲ ਸੁਣਦੇ ਕੋ ਨਹੀਂ ਤੇ ਉਹ ਪ੍ਰੀਤ ਕਿੱਥੋਂ ਪੈਦਾ ਹੋਣੀ ਹੈ ਉਹਨਾਂ ਅੰਦਰ ਉਹ ਪਿਆਰ ਪੈਦਾ ਨਹੀਂ ਹੁੰਦਾ ਉਹ ਪ੍ਰੀਤ ਪੈਦਾ ਨਹੀਂ ਹੁੰਦੀ ਉਹ ਆਵੇ ਜਾਏ ਭਵਾਈਐ ਦੇਖੋ ਪਹਿਲਾ ਬਹੁਵਚਨ ਵਿੱਚ ਗੱਲ ਕਰਦੇ ਨੇ ਨਾਲ ਨਾਲ ਮੈਂ ਤੁਹਾਨੂੰ ਗੁਰਬਾਣੀ ਗ੍ਰੈਮਰ ਵੱਲ ਵੀ ਥੋੜਾ ਜਿਹਾ ਸਾਰੇ ਆਪਾਂ ਕਿਤੇ ਥੋੜਾ ਜਿਆਦਾ ਨਹੀਂ ਜਿੰਨਾ ਕੋ ਗੁਰੂ ਬਖਸ਼ਿਸ਼ ਕਰੇ ਪਹਿਲਾ ਬਹੁਵਚਨ ਵਿੱਚ ਗੱਲ ਕੀਤੀ ਜਿੰਨਾ ਤਿੰਨਾ ਹੁਣ ਆ ਗਿਆ ਉਹ ਆਵੇ ਜਾਏ ਪਵਾਈ ਹੈ ਉਹਨਾਂ ਵਿੱਚੋਂ ਆ ਜਿਹੜੇ ਐਸੇ ਮਨੁੱਖ ਨੇ ਜਿਨ੍ਹਾਂ ਦੇ ਅੰਦਰ ਦੂਜਾ ਭਾਵ ਹੈ ਉਹਨਾਂ ਵਿੱਚੋਂ ਸਾਰਿਆਂ ਵਿੱਚੋਂ ਉਹ ਮਨੁੱਖ ਉ ਆਵੇ ਜੈ ਭਾਈਏ ਸੁਪਨੇ ਸੁਖ ਨਾ ਹੋਏ ਕਹਿੰਦੇ ਨੇ ਆਉਂਦਾ ਰਹਿੰਦਾ ਜਾਂਦਾ ਰਹਿੰਦਾ ਆਣ ਜਾਣ ਦਾ ਮਤਲਬ ਕੀ ਹੈ ਭਟਕਣਾ ਬਰਕਰਾਰ ਬਣੀ ਰਹਿੰਦੀ ਹੈ ਪਰਮਾਹਏ ਦਾ ਅਰਥ ਹੀ ਭਟਕਣਾ ਹੈ ਆਉਣ ਜਾਣ ਦੇ ਗੇੜ ਵਿੱਚ ਪਿਆ ਰਹਿੰਦਾ ਤੇ ਯਾਦ ਰੱਖਣਾ ਸੁਪਨੇ ਸੁਖ ਨਾ ਹੋਏ ਸੁਪਨੇ ਦੇ ਵਿੱਚ ਬਿਨਾ ਸੁਖ ਦੀ ਝਲਕ ਮਾਤਰ ਵੀ ਕਦੀ ਵਖਾਈ ਨਹੀਂ ਦਿੰਦੀ ਗੁਰੂ ਅਰਜੁਨ ਦੇਵ ਪਿਤਾ ਜੀ ਗੌੜੀ ਰਾਗ ਅੰਦਰ ਇੱਕ ਅਸ਼ਟਪਦੀ ਹੈ ਉਹਦਾ ਰਹਾਉ ਵਾਲਾ ਤੇ ਪਦਾ ਇਹ ਹੈ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਤੇ ਉਹਦੇ ਵਿੱਚ ਹੁੰਦਾ ਹੈ ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੇ ਨਹੀਂ ਤਨ ਮੇ ਰੋਗ ਨਹੀਂ ਤੇ ਬਿਸ਼ਰਾਮ ਦੇਣਾ ਸੁਖ ਸੁਪਨੇ ਨਹੀਂ ਸੁਪਨੇ ਵਿੱਚ ਵੀ ਸੁਖ ਨਹੀਂ ਮਹਾਰਾਜਾ ਵੀ ਥੋੜਾ ਦਿਨਾਂ ਵਿੱਚ ਕਿਤੇ ਕਈ ਵਾਰੀ ਆਪਾਂ ਸੁੱਤੇ ਸੁਪਨੇ ਕਹਿੰਦੇ ਆ ਬੜੇ ਵਧੀਆ ਸੁਪਨਾ ਆ ਰਿਹਾ ਸਈ ਕਿਉਂ ਉਠਾ ਦਿੱਤੇ ਮੈਂ ਤੇ ਸੁਪਨੇ ਪਤਾ ਨਹੀਂ ਕਿਹੜੇ ਸੁਖ ਲੈ ਰਿਆ ਸਾਂ ਕਿਉਂ ਠਾਇਆ ਹੀ ਯਾਦ ਰੱਖਣਾ ਮੇਰੇ ਗੁਰਦੇਵ ਪਿਤਾ ਜੀ ਸਾਨੂੰ ਇਹਨਾਂ ਝੂਠੇ ਸੁਪਨਿਆਂ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਨੇ ਗੁਰਦੇਵ ਪਿਤਾ ਜਿਵੇਂ ਆਪਾਂ ਸੁੱਤੇ ਕੋਈ ਸੁਪਨਾ ਵੇਖਦੇ ਆ ਨਾ ਚੇਤੇ ਰੱਖਣਾ ਜਾਗਦੇ ਹੁਈਆਂ ਵੀ ਇਹ ਸੁਪਨਾ ਹੈ ਪਰ ਇਹ ਪਤਾ ਲੱਗਦਾ ਉਹ ਸੁਪਨਾ ਕੋਈ ਵੈਸੇ ਸ਼ਰੀਰ ਨੂੰ ਝੰਡੋੜ ਕੇ ਜਗਾ ਦੇਵੇ ਆਪ ਜਾਗ ਆ ਜਾ ਤਾਂ ਪਤਾ ਲੱਗਦਾ ਇੱਥੇ ਜਦ ਗੁਰੂ ਜਗਾ ਦੇਵੇ ਫਿਰ ਪਤਾ ਲੱਗਦਾ ਜਿਉ ਸੁਪਨਾ ਅਰਪੇਖ ਨ ਐਸੇ ਜਕੋ ਜਾਨ ਇਨ ਮੇ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਵਾਲੀ ਗੱਲ ਸੁਪਨੇ ਵਿੱਚ ਵੀ ਸੁਖ ਮਾਤਰ ਨਹੀਂ ਵਿਖਾਈ ਦਿੰਦਾ ਕੂੜ ਨਾਲ ਜੁੜਿਆ ਹੋਇਆ ਦੂਜਾ ਭਾਵ ਹੈ ਹੀ ਕੂੜ ਜੇ ਆਪਾਂ ਦੂਜੇ ਭਾਵ ਵਿੱਚ ਪਰਮਾਤਮਾ ਨਾਲ ਨਹੀਂ ਜੁੜੇ ਗੋਏ ਆਸਾ ਕੀ ਵਾਰ ਇੱਕ ਪਾਸੇ ਗੁਰੂ ਅੰਗਦ ਸਾਹਿਬ ਜੀ ਫਰਮਾਉਂਦੇ ਨੇ ਇਹ ਜਗ ਸੱਚ ਹੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਇੱਕ ਪਾਸੇ ਦਸਵੀਂ ਪੌੜੀ ਨਾਲ ਸ਼ਲੋਕ ਗੁਰੂ ਨਾਨਕ ਦੇਵ ਪਿਤਾ ਜੀ ਦਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਅਖੀਰ ਤੇ ਕੂੜ ਕੂੜੇ ਨਹਿ ਲੱਗਾ ਵਿਸਰਿਆ ਕਰਤਾਰ ਬਿ ਕੂੜ ਦਾ ਨੇ ਕੂੜ ਦੇ ਨਾਲ ਪਿਆ ਕੋਇਆ ਸਾਡੇ ਅੰਦਰ ਜਿਹੜਾ ਦੂਜਾ ਭਾਵ ਹੈ ਉਹ ਵੀ ਤੇ ਕੂੜ ਹੀ ਹੈ ਨਾ ਤੇ ਸਾਡਾ ਨੇ ਉਹਦੇ ਨਾਲ ਲੱਗਾ ਕੋਇਆ ਕੂੜੇ ਦਾ ਨੇ ਤੇ ਕੂੜੇ ਨਾਲ ਹੀ ਸੱਚ ਕਮਾਣੇ ਸੱਚੋ ਪਾਈਏ ਕੂੜੇ ਕੂੜਾ ਮਾਣੋ ਕੂੜ ਬੰਦੇ ਨੂੰ ਕੂੜੇ ਨੂੰ ਤੇ ਕੂੜੇ ਦਾ ਮਾਨ ਹੋਵੇਗਾ ਉਹ ਜਿਹੜੇ ਸੱਚ ਦੀ ਕਮਾਈ ਕਰਦੇ ਨੇ ਉਹਨਾਂ ਨੂੰ ਆਪਣੇ ਸੱਚ ਤੇ ਪਰਮੇਸ਼ਰ ਤੇ ਆਪਣੇ ਗੁਰੂ ਤੇ ਮਾਨ ਹੁੰਦਾ ਏ ਮੇਰੇ ਪਾਤਸ਼ਾਹ ਕਹਿੰਦੇ ਨੇ ਕੂੜੀ ਕਮਾਉਂਦਾ ਕਹੇ ਕੂੜ ਦਾ ਅਰਥ ਝੂਠ ਹੁੰਦਾ ਏ ਕੂੜ ਕਮਾਵੇ ਕੂੜ ਉਚਰੇ ਬੋਲਦਾ ਵੀ ਕੂੜ ਖੈ ਉਹ ਜੋ ਬੋਲਦਾ ਏ ਉਹ ਕੂੜ ਕੀ ਬੋਲਦਾ ਕਹੇ ਕਿਉਂਕਿ ਕੂੜ ਨਾਲ ਜੁੜ ਗਿਆ ਨਾ ਤੇ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਕੋਏ ਕੂੜ ਦੇ ਨਾਲ ਝੂੜ ਦੇ ਨਾਲ ਲੱਗਨ ਕਰਕੇ ਪਾਪ ਉਹਦਾ ਖਰਮ ਕਰਮ ਝੂਠਾ ਉਹਦਾ ਸਭ ਕੁਝ ਹੀ ਉਹਦਾ ਜੀਵਨ ਕੀ ਸੱਚ ਜਨ ਝੂਠ ਦੀਆਂ ਬੜਿਆਦਾਂ ਉੱਤੇ ਜਿਨਨੇ ਆਪਣੇ ਜੀਵਨ ਦੀ ਨੀ ਰੱਖੀ ਹੋਵੇ ਦੱਸੋ ਉਹ ਆਪਣੇ ਆਪ ਨੂੰ ਕਿਵੇਂ ਸਵਾਰ ਸਕਦਾ ਹੈ ਸਤਗੁਣ ਅਗੇ ਮਾਇਆ ਮੋਹ ਸਭ ਦੁੱਖ ਕਹੇ ਦੁੱਖ ਬਿਨਸੈ ਦੁੱਖ ਰੋਏ ਇੱਥੇ ਦੁੱਖ ਦੇ ਸਰੂਪ ਵੇਖ ਲਿਓ ਦੁੱਖ ਦੇ ਖੱਖੇ ਨੂੰ ਔਂਕੜ ਦੋ ਵਾਰੀ ਦੁੱਖ ਦੇ ਖੱਖੇ ਨੂੰ ਸਿਹਾਰੀ ਇੱਕ ਵਾਰੀ ਲੱਗੀ ਹੋਈ ਹੈ ਦਾ ਮਤਲਬ ਹੈ ਸਤਿਗੁਰਾਂ ਨੇ ਜਿਹੜੀਆਂ ਸਿਹਾਰੀਆਂ ਤੇ ਔਂਕੜ ਲਾਏ ਨੇ ਜਿਹੜੇ ਸੱਜਣ ਕਈ ਵਾਰੀ ਚਲੋ ਮਾਲਕ ਉਹਨਾਂ ਦਾ ਭਲਾ ਕਰੇ ਜਿੰਨੀ ਉਹਨਾਂ ਨੂੰ ਸਮੱਤ ਦਿੱਤੀ ਕਈ ਕਹਿੰਦੇ ਨੇ ਵਿਆਕਰਨ ਕੋਈ ਗੁਰਬਾਣੀ ਉੱਤੇ ਲਾਗੂ ਨਹੀਂ ਹੁੰਦੀ ਵੀ ਪਰ ਵੇਖੋ ਤੁਹਾਡੇ ਸਾਹਮਣੇ ਸਰੂਪ ਆ ਰਿਹਾ ਹੈ ਦੁੱਖ ਖੱਖੇ ਨੂੰ ਸਿਹਾਰੀ ਵਾਲਾ ਤੇ ਦੁੱਖ ਖੱਖੇ ਦੇ ਔਕੜ ਨੂੰ ਮਾਇਆ ਦਾ ਮੋਹ ਸਾਰਾ ਦੁੱਖ ਹੈ ਮਾਇਆ ਦਾ ਮੋਹ ਹੀ ਤੇ ਦੂਜਾ ਭਾਵ ਹੈ ਫਿਰ ਕੀ ਮਾਇਆ ਤਿਆਗਦੀ ਹੈ ਯਾਦ ਰੱਖਣਾ ਮਾਇਆ ਤਿਆਗਣ ਦੀ ਗੱਲ ਗੁਰਦੇ ਪਿਤਾ ਨੇ ਗੁਰਬਾਣੀ ਅੰਦਰ ਕਿਤੇ ਨਹੀਂ ਜੇ ਕੀਤੀ ਜੇ ਕੀਤੀ ਵੀ ਉੱਥੇ ਵੀ ਮਾਇਆ ਦੇ ਮੋਹ ਦੇ ਤਿਆਗਣ ਦੀ ਗੱਲ ਕੀਤੀ ਹੈ ਮਾਇਆ ਦਾ ਮੋਹ ਤਿਆਗਣਾ ਹੈ ਨਹੀਂ ਤਾਂ ਭਗਤ ਕਬੀਰ ਜੀ ਦਾ ਇਹ ਪਾਵਨ ਬਚਨ ਚੇਤੇ ਰੱਖਣਾ ਕਬੀਰ ਮਾਇਆ ਤਜੀ ਤੋ ਕਿਆ ਪਿਆ ਜੋ ਮਾਨ ਤਜਿਆ ਨੇ ਦੋ ਬੰਦੇ ਆਪਸ ਚ ਨਾ ਸਾਧੂ ਬਣ ਕੇ ਲੜ ਰਹੇ ਸਨ ਕਿਸੇ ਨੇ ਪੁੱਛਿਆ ਕਿਉਂ ਲੜਦੇ ਹੋ ਲੜਾਈ ਕੀ ਸੀ ਉਹ ਕਹਿੰਦਾ ਮੈਂ ਐਨੇ ਲੱਖ ਨੂੰ ਠੋਕਰਾਂ ਮਾਰ ਕੇ ਆ ਗਿਆ ਦੂਜਾ ਕਹਿੰਦਾ ਮੈਂ ਤੇਰੇ ਤੋਂ ਜ਼ਿਆਦਾ ਤਿਆਗ ਕੇ ਆਇਆ ਲੜਾਈ ਤੇ ਫਿਰ ਅਜੇ ਗਿਣਤੀ ਦੀ ਚੱਲਦੀ ਪਈ ਹੈ ਮੈਂ ਇੰਨਾ ਤਿਆਗੀ ਤੇ ਤੂੰ ਮੇਰੇ ਤੋਂ ਘੱਟ ਤਿਆਗੀ ਮੈਂ ਵੱਡਾ ਤਿਆਗੀ ਜਦੋਂ ਤਿਆਗ ਹੀ ਦਿੱਤਾ ਫਿਰ ਘੱਟ ਕੀ ਤੇ ਵੱਧ ਕੀ ਮਾਨਤੇ ਅਜੇ ਵੀ ਤਿਆਗਣ ਦਾ ਵੀ ਇਹ ਮਾਇਆ ਤਜੀ ਤੋਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਉਹ ਤਿਆਗਣੈ ਤੇ ਮਾਨ ਤਿਆਗੋ ਤਿਆਗਨਾ ਤਿਆਗਨ ਨਿਕਾ ਕਾਮ ਕ੍ਰੋਧ ਲੋਭ ਤਿਆਗਨਾ ਉਲਗਨਾ ਲਗਨ ਨਿਕਾ ਗੁਰ ਚਰਨੀ ਮਨ ਲਗਨਾ ਮਾਨ ਮੁਨੀ ਮਨ ਵਰ ਗਲੇ ਮਾਨ ਸਭੈ ਕੋ ਖਾਏ ਇਹ ਮਾਨ ਇਹ ਅਹੰਕਾਰ ਮਾਨ ਸ਼ਬਦ ਇੱਜ਼ਤ ਵਾਸਤੇ ਵੀ ਹੁੰਦਾ ਹੈ ਸਤਕਾਰ ਵਾਸਤੇ ਵੀ ਹੁੰਦਾ ਹੈ ਤੇ ਮਾਨ ਸ਼ਬਦ ਅਹੰਕਾਰ ਇੱਥੇ ਅਹੰਕਾਰ ਦਾ ਪ੍ਰਤੀਕ ਹੈ ਮਾਨ ਮੁਨੀ ਮਨਵਰ ਗਲੇ ਸ਼੍ਰੇਸ਼ਟ ਮੁਨੀ ਆਪਣੇ ਆਪ ਨੂੰ ਸਮਝਣ ਵਾਲੇ ਉਹ ਵੀ ਮਾਨ ਵਿੱਚ ਗਲ ਗਏ ਮਾਇਆ ਦਾ ਮੋਹ ਜਿਹੜਾ ਹੈ ਸਾਰਾ ਦੁੱਖ ਰੂਪ ਹੈ ਦੁੱਖ ਬਿਨਸੈ ਸਿਹਾਰੀ ਮੈਂ ਕੱਲ ਵੀ ਅਰਥ ਕੀਤਾ ਸੀ ਵਿੱਚ ਨਾਲ ਤੋਂ ਉੱਤੇ ਪ੍ਰਕਰਨ ਅਨੁਸਾਰ ਅਰਥ ਏ ਕਰਨੇ ਨੇ ਦੇ ਇੱਥੇ ਦੁੱਖ ਵਿੱਚ ਬਿਨਸ ਜਾਂਦਾ ਹੈ ਭਾਵ ਨਾਸ਼ ਹੋ ਜਾਂਦਾ ਹੈ ਮੁੱਕ ਜਾਂਦਾ ਹੈ ਤੇ ਫਿਰ ਕਹਿੰਦੇ ਨੇ ਸਤਿਗੁਰ ਗੁਰਦੇਵ ਪਿਤਾ ਜੀ ਦੁੱਖ ਰੋਏ ਤੇ ਕਹਿੰਦੇ ਨੇ ਦੁੱਖ ਇਹ ਹੀ ਦੁੱਖ ਦਾ ਰੋਣਾ ਕੀ ਰੋਂਦਾ ਰਹਿੰਦਾ ਹੈ ਦਾ ਤੇ ਅਰਥ ਆਪਾਂ ਨਾਲ ਨਹੀਂ ਪਰਕਰਨ ਬ੍ਰੈਕਟ ਲਾ ਕੇ ਨਾ ਪ੍ਰੋਫੈਸਰ ਸਾਹਿਬ ਸਿੰਘ ਨੇ ਇੱਥੇ ਬ੍ਰੈਕਟ ਚ ਅਰਥ ਕੀਤੇ ਨੇ ਦੁੱਖ ਦਾ ਰੋਣਾ ਕੀ ਬ੍ਰੈਕਟ ਵਿੱਚ ਕਿਉਂਕਿ ਔਂਕੜ ਦੇਣਾ ਉਹ ਦਾ ਕਾ ਕੀ ਅਰਥ ਨਹੀਂ ਕਰਨ ਦਿੰਦਾ ਜਦੋਂ ਔਂਕੜ ਲੱਗ ਜਾਏ ਭਾਵ ਦੁੱਖ ਹੀ ਰੋਂਦਾ ਰਹਿੰਦਾ ਹੈ ਦੁੱਖੀ ਰਹਿੰਦਾ ਸਾਰਾ ਹਮੇਸ਼ਾ ਗੁਰੂ ਕੇ ਪਿਆਰ ਵਾਲਿਓ ਤੇ ਸਤਗੁਰਾਂ ਦੇ ਬਚਨ ਦੁੱਖ ਤਦੇ ਜਾਂ ਵਿਸਰ ਜਾਵੇ ਭੁੱਖ ਬਿਆਪੈ ਬੋਹ ਵਿਦਤਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦੇ ਆਲਾ ਜੀਓ ਸਭ ਤੋਂ ਵੱਡਾ ਦੁੱਖ ਪਰਮਾਤਮਾ ਨੂੰ ਵਿਸਾਰ ਕੇ ਆਪਣੇ ਅੰਦਰ ਦੂਜਾ ਭਾਵ ਪੈਦਾ ਕਰਨ ਵਾਲੀ ਗੱਲ ਤੇ ਅਖੀਲੀਆਂ ਤੋਂ ਪਗਦੀਆਂ ਨਾਨਕ ਧਾਤ ਲਿਵੇ ਜੋੜ ਨਾ ਆਵੀ ਧਾਤ ਸ਼ਬਦ ਵੇਖੋ ਤੁਸੀਂ ਭਾਈ ਕਾਨ ਸਿੰਘ ਜੀ ਨਾਬਾਨੇ ਮਹਾਨ ਕੋਸ਼ ਅੰਦਰ ਇਹਦੇ 20 ਅਰਥ ਕੀਤੇ ਨੇ ਪ੍ਰਕਰਨ ਅਨੁਸਾਰ 20 ਅਰਥ ਸਭ ਤੋਂ ਪਹਿਲਾ ਅਰਥ ਨਿਰੰਕਾਰ ਕੀਤਾ ਹੈ ਤੇ ਜਪਜੀ ਸਾਹਿਬ ਵਿੱਚ ਆਉਂਦਾ ਅਸਲੂ ਇੱਕ ਧਾਤ ਸਾਡਾ ਸਾਰਿਆਂ ਦਾ ਅਸਲਾ ਉਤੇ ਇੱਕ ਨਿਰੰਕਾਰ ਤੋਂ ਹੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਬੰਦੇ ਏਕ ਨੂਰ ਤੇ ਧਾਤ ਧਾਤ ਦਾ ਅਰਥ ਮਾਇਆ ਵੀ ਹੈ ਵਿਚ ਧਾਤੂ ਪੰਚ ਆਪ ਪਾਵੇ ਜਿਹੜੇ ਪੰਜ ਵਿਕਾਰ ਇਹਨਾਂ ਦੇ ਰਸ ਜਿਹੜੇ ਨੇ ਸੁਗੰਧ ਇਤਿਆਦ ਸਪਰਸ਼ ਉਹਨਾਂ ਨੂੰ ਵੀ ਧਾਤ ਕਿਹਾ ਗਿਆ ਹੈ ਸੋਨੇ ਨੂੰ ਵੀ ਧਾਤ ਕਿਹਾ ਗਿਆ ਹੈ ਵਕ ਵਕ ਜਿਹੜੀਆਂ ਧਾਤੂਆਂ ਹੁੰਦੀਆਂ ਨੇ ਪਰਕਰਨ ਅਨਸਾਰ ਇਹਦੇ ਅਰਥ ਨੇ ਇਥੇ ਧਾਤ ਮਾਇਆ ਹੀ ਹੈ ਕਿਉਂਕਿ ਦੂਜਾ ਭਾਵ ਇਹਦੇ ਅਰਥ ਕਰਾਂਗੇ ਹੈ ਨਾਨਕ ਧਾਤ ਲਿਵੇ ਜੋੜ ਨਾ ਆਵਈ ਜੇ ਪਰਮਾਤਮਾ ਨਾਲ ਲਿਵ ਜੋੜਨੀ ਫਿਰ ਮਾਇਆ ਦੇ ਮੋਹ ਨੂੰ ਤੁਹਾਨੂੰ ਤਿਆਗਣਾ ਪਵੇਗਾ ਮਾਇਆ ਦਾ ਮੋਹ ਤਿਆਗਣਾ ਹੈ ਰੋ ਮਾਇਆ ਵਿੱਚ ਨਿਰਲੇਪ ਰਹਿਣ ਦੀ ਜੁਗਤੀ ਗੁਰੂ પાસે ਸਿੱਖਣੀ ਹੈ ਇਹਨਾਂ ਦਾ ਕਦੀ ਜੋੜ ਨਹੀਂ ਜਈ ਆਉਂਦਾ ਭਗਤਾਂ ਤੇ ਸੰਸਾਰੀਆਂ ਵਾਲੀ ਗੱਲ ਜੋੜ ਕਦੇ ਨਾ ਆਇਆ ਭਗਤ ਲਿਵ ਵਾਲੇ ਹੁੰਦੇ ਨੇ ਸੰਸਾਰੀ ਧਾਤ ਵਾਲੇ ਹੁੰਦੇ ਨੇ ਇਹ ਚੇਤੇ ਰੱਖਣਾ ਪਰ ਜਿਨ੍ਹਾਂ ਦੇ ਲਿਵ ਲੱਗੀ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਤਿੰਨੀ ਵਿੱਚੇ ਮਾਇਆ ਪਾਇਆ ਫਿਰ ਉਹ ਲਿਵ ਵੀ ਲੱਗੀ ਰਹਿੰਦੀ ਏ ਤੇ ਮਾਇਆ ਵੀ ਕੋਲ ਹੁੰਦੀ ਏ ਫਿਰੋ ਮਾਇਆ ਨੂੰ ਹਾਵ ਵੀ ਨਹੀਂ ਹੋਣ ਦਿੰਦੇ ਤਾਤ ਲਿਵੈ ਇਹਨਾਂ ਦਾ ਕਦੀ ਜੋੜ ਨਹੀਂ ਜਈ ਆਉਂਦਾ ਬਨ ਨਹੀਂ ਆਉਂਦੀ ਜੇ ਲੋਚੈ ਸਭ ਕੋਏ ਜੇ ਕੋਈ ਤਾੰਗ ਕਰੇ ਮਨੁੱਖ ਮੈਂ ਆ ਵੀ ਕਰੀ ਜਾਵਾਂ ਮਾਇਆ ਦਾ ਮੋਹ ਵੀ ਨਾ ਤਿਆਗਾ ਤੇ ਨਾਲ ਇਹ ਵੀ ਕਰ ਲਵਾਂ ਜਿਨ ਕਉ ਪੋਤੇ ਪੁੰਨ ਪਿਆ ਪੋਤੇ ਦਾ ਅਰਥ ਪੋਤਾ ਵੈਸੇ ਪੁੱਤਰੇ ਨੂੰ ਵੀ ਕਹਿੰਦੇ ਨੇ ਪਰ ਨਹੀਂ ਇੱਥੇ ਪੋਤੇ ਦਾ ਅਰਥ ਖਜ਼ਾਨਾ ਖਜ਼ਾਨੇ ਵਿੱਚ ਕਿਹੜਾ ਖਜ਼ਾਨਾ ਜਿਨ੍ਹਾਂ ਦੇ ਮਨ ਰੂਪ ਖਜ਼ਾਨੇ ਵਿੱਚ ਭਲੇ ਸੰਸਕਾਰਾਂ ਦਾ ਇਕੱਠ ਰੂਪ ਪੁੰਨ ਜਿਹੜਾ ਹੈ ਕਹਿੰਦੇ ਨੇ ਉਕਰਿਆ ਗਿਆ ਭਾਵ ਉਹਤੇ ਉਬਰ ਪਿਆ ਤੇ ਕਹਿੰਦੇ ਨੇ ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀ ਫਿਰ ਗੁਰ ਸ਼ਬਦੀ ਸੁਖ ਹੋਏ ਗੁਰੂ ਦੇ ਸ਼ਬਦ ਰਾਹੀ ਫਿਰ ਉਹ ਆਪਣਾ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਏ ਤੇ ਇਸ ਤਰ੍ਹਾਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਗੁਰੂ ਦੀ ਸ਼ਬਦ ਨੂੰ ਵਿਚਾਰ ਕੇ ਆਪਣਾ ਜੀਵਨ ਗੁਰੂ ਦੇ ਸ਼ਬਦ ਦੀ ਸੇਧ ਵਿੱਚ ਜਿਉਂਦੇ ਨੇ ਤੇ ਆਪਣਾ ਜੀਵਨ ਸੁਖੀ ਬਤੀਤ ਕਰਦੇ ਨੇ ਨਹੀਂ ਤੇ ਦੂਜਾ ਭਾਵ ਜਿਹੜਾ ਹੈ ਮਾਇਆ ਦਾ ਮੋਹ ਹੈ ਜੋ ਤਾਤ ਹੈ ਜੇ ਇਹਦੇ ਨਾਲ ਹੀ ਆਪਾਂ ਜੁੜੇ ਰਵਾਂਗੇ ਤੇ ਸੱਚ ਜਾਨਾ ਇਹ ਨਾਲ ਜੁੜਿਆ ਬੰਦਾ ਕਦੀ ਵੀ ਵੇਖਣ ਨੂੰ ਆਪਾਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਸਾਡੇ ਪੈਮਾਨੇ ਵਕ ਵਕ ਨੇ ਪਰ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆਂ ਤੇ ਫਿਰ ਸਾਨੂੰ ਖਿਆਲ ਕਰਨਾ ਪਵੇਗਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਸਤਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਬੇਨਤੀ ਕਰੀਏ ਸੱਚੇ ਪਾਤਸ਼ਾਹ ਸਾਡੇ ਅੰਦਰ ਵੀ ਕਿਉਂਕਿ ਤੂੰ ਜਾਣਦਾ ਸਾਡੇ ਬਾਰੇ ਅੰਦਰਲੀ ਅਵਸਥਾ ਬਾਹਰੋਂ ਮੈਂ ਜੋ ਮਰਜ਼ੀ ਬਣਾ ਕੇ ਤੈਨੂੰ ਬਖਾਵਾ ਤੇਰੇ ਤੋਂ ਕੋਈ ਲੁਕਾ ਚੁਪਾ ਸੀ ਕਰ ਨਹੀਂ ਸਕਦੇ ਬੰਦੇ ਤੋਂ ਬੰਦਾ ਬੜਾ ਲੁਕਾ ਚੁਪਾ ਕਰ ਵੀ ਲੈਂਦਾ ਹੈ ਕਰ ਸਕਦਾ ਹੈ ਕਰਦਾ ਆਇਆ ਕਰਦਾ ਰਹੇਗਾ ਪਰ ਤੇਰੇ ਤੋਂ ਕੋਈ ਲੁਕਾ ਚੁਪਾ ਨਹੀਂ ਹੋ ਸਕਦਾ ਇਸ ਕਰਕੇ ਤੂੰ ਤੇ ਸਾਡੀ ਅਵਸਥਾ ਨੂੰ ਚੰਗੀ ਤਰ੍ਹਾਂ ਜਨਦਾਏ ਤੂੰ ਆਪ ਰਹਿਮਤ ਕਰੇ ਤੂੰ ਬਖਸ਼ਿਸ਼ ਕਰੇ ਤਾਂਸ ਦੂਜੇ ਭਾਵ ਤੋਂ ਬਚ ਕੇ ਅਸੀਂ ਤੇਰੇ ਸੱਚੇ ਪਿਆਰ ਨਾਲ ਜੁੜ ਸਕਦੇ ਹਾਂ ਧੰਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੀ ਕਿਰਪਾ ਕਰਕੇ ਪਾਵਨ ਸ਼ਲੋਕ ਦੀ ਵਿਚਾਰ ਲਈ ਹੈ ਜੀ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਖਿਮਾ ਕਰ ਦੇਣੀਆਂ ਗੁਰਮਤ ਅਨਸਾਰ ਕਹੇ ਬਚਨ ਗੁਰੂ ਕਿਰਪਾ ਕਰੇ ਸਾਡੇ ਹਿਰਦੇ 'ਚ ਵਸ ਜਾਣ ਬਲਵ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ